ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚਰਨਿਸ਼ਾਨ ਪੰਜਾਬੀ ਤੁਹਾਡਾ ਸਵਾਗਤ ਅਤੇ ਗੱਲ ਕਰਦੇ ਹਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ, ਜੋ ਕਿ ਪਿਛਲੇ ਦਿਨ ਕੰਟਰਾਵਰਸੀ ਵੀ ਚੱਲਦੀ ਰਹੀ। ਕਿਸੇ ਨੇ ਅੱਤਵਾਦੀ ਕਿਹਾ, ਕਿਸੇ ਨੇ ਉਸਨੂੰ ਆਪਣਾ ਨਾਈ ਕਿਹਾ, ਪਰੰਤੂ ਮੋਹਾਲੀ ਦੀ ਸੜਕਾਂ 'ਤੇ ਇੱਕ 8 ਸਾਲ ਤੋਂ ਯੁੱਧ ਲੜਿਆ ਜਾ ਰਿਹਾ ਸੀ ਏਅਰਪੋਰਟ ਦੇ ਨਾਮ ਲੈ ਕੇ, ਜਿਸ ਵਿੱਚ ਸਭ ਤੋਂ ਵੱਡੀ ਭੂਮਿਕਾ ਰਹੀ ਯੂਥ ਆਫ ਪੰਜਾਬ ਔਰਗਨਾਈਜੇਸ਼ਨ ਦੀ। ਹਰ ਸਾਲ ਹਰ ਮਹੀਨੇ ਇੱਕ ਮੰਗ ਪੱਤਰ DC ਨੂੰ ਦਿੱਤਾ ਜਾਂਦਾ ਸੀ। ਉਸ ਗਰੁੱਪ ਦੀ ਰਹਿਨੁਮਾਈ ਕਰਦੇ ਸਨ ਪਰਮ ਸਿੰਘ ਬੈਦਵਾਲ ਜੀ, ਜੋ ਅੱਜ ਵੀ ਗਾ ਰਹੇ ਨੇ, ਅਤੇ ਉਹਨਾਂ ਦੇ ਨਾਲ ਯੂਥ ਆਫ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨੇ ਗੁਰਜੀਤ ਜੀ। ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅਤੇ ਹੁਣ ਜਿਹੜੀ ਸਥਿਤੀ ਸਾਹਮਣੇ ਆਈ ਹੈ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਮੰਨ ਗਏ ਨੇ ਕਿ ਜਿਹੜਾ ਚੰਡੀਗੜ੍ਹ ਏਅਰਪੋਰਟ ਦਾ ਨਾਮ ਹੈ ਉਹ ਸ਼ਹੀਦ ਆਜ਼ਮ ਭਗਤ ਸਿੰਘ ਏਅਰਪੋਰਟ ਰੱਖਿਆ ਜਾਵੇ, ਕਿੰਨਾ ਕੁ ਸੱਚ ਹੈ, ਕਿੰਨਾ ਕੁ ਇਹ ਕਿਤੇ ਇਹਦੇ ਪਿੱਛੇ ਕੋਈ ਸਾਜਿਸ਼ ਤਾਂ ਨਹੀਂ ਜਾਂ ਮੁੱਦੇ ਨੂੰ ਲਮਕਾਉਣ ਦੀ ਕੋਸ਼ਿਸ਼ ਤਾਂ ਨਹੀਂ? ਇਸ ਲਈ ਜੋ ਸੰਘਰਸ਼ ਲੜਨੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ, ਤਾਂ ਕਿ ਦਰਸ਼ਕ ਅਸਲੀ ਸਥਿਤੀ ਸਮਝ ਸਕਣ ਪੂਰੇ ਸਿਸਟਮ ਦੀ। ਪਰਮ ਸਿੰਘ ਜੀ, ਪਹਿਲਾਂ ਤਾਂ ਤੁਹਾਨੂੰ, ਤੁਸੀਂ ਨੇ ਬਹੁਤ ਐਜੀਟੇਸ਼ਨ ਲੜਿਆ, ਇੱਕ ਪਾਰਟੀਆਂ ਨੂੰ ਵੀ ਛੱਡਣਾ ਪਿਆ, ਠੀਕ ਹੈ ਜੀ, ਅਤੇ ਇਹਦੇ ਜੋ ਫੈਸਲਾ ਆਇਆ ਪਹਿਲਾਂ ਉਹ ਫੈਸਲੇ ਦੀ ਗੱਲ ਕਰੀਏ, ਇਹ ਫੈਸਲੇ ਕੀ ਮੰਨਦੇ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਦਾ, ਸ਼ਾਨ ਪੰਜਾਬੀ ਤੋਂ। ਅਤੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵੀ ਵਧੀਆ ਉਪਰਾਲਾ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਚੌਟਾਲਾ ਜੀ ਨੇ ਲਿਆ, ਜਿਹੜਾ ਮਿਲ ਕੇ ਲਿਆ। ਇਹ ਚੀਜ਼ਾਂ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਖੱਟਰ ਸਾਹਿਬ ਦਾ ਵੀ ਹਰਿਆਣੇ ਵੱਲੋਂ, ਹਾਂਜੀ, ਅਤੇ ਹਰਿਆਣਾ ਸਰਕਾਰ ਦਾ, ਪੰਜਾਬ ਸਰਕਾਰ ਦਾ, ਅਤੇ ਇਹ ਚੀਜ਼ਾਂ ਬਹੁਤ ਪਹਿਲਾਂ ਹੋ ਜਾਣੀਆਂ ਸੀ ਚਾਹੀਦੀਆਂ। ਦੇਖੋ, ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਵੱਖ ਵੱਖ ਸਰਕਾਰਾਂ ਨੇ, ਪੋਲੀਟੀਕਲ ਪਾਰਟੀਆਂ ਨੇ ਉਹਨੂੰ ਵੇਚਿਆ ਖਾਧਿਆ, ਪਰ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਅੱਜ ਤੱਕ। ਇਹ ਲੜਾਈ ਅਸੀਂ ਯੂਥ ਆਫ ਪੰਜਾਬ ਜਦੋਂ ਸਾਡੀ ਹੋਂਦ ਵਿੱਚ ਆਈ ਅਸੀਂ ਉਦੋਂ ਸ਼ੁਰੂ ਕੀਤੀ, ਪਰ ਉਹ ਤੋਂ ਪਹਿਲਾਂ ਵੀ ਅਸੀਂ 25 ਸਾਲ ਹੋ ਗਏ ਕਿ ਜਦੋਂ ਵੀ ਸਾਡੇ ਪੰਜਾਬ 'ਚ, ਆਪਣੇ ਪੰਜਾਬ 'ਚ ਜੇ ਕਹਿ ਸਕਦੇ ਵੀ ਨੌਜਵਾਨ ਦੇ ਵਿੱਚ ਪੈਰ ਧਰਦਾ ਮੁੰਡਾ, ਤਾਂ ਸ਼ਹੀਦ ਭਗਤ ਸਿੰਘ ਦਾ ਮਰੀਦ ਹੁੰਦਾ, ਉਹਨੂੰ ਆਪਣਾ ਆਦਰਸ਼ ਮੰਨਦਾ। ਕਿਉਂਕਿ ਸਾਨੂੰ ਜੋ ਸਾਡੇ ਸਿਆਣਿਆਂ ਨੇ, ਸਾਡੇ ਬਜ਼ੁਰਗਾਂ ਨੇ, ਆ ਕਿਤਾਬਾਂ ਰਾਹੀਂ ਸਾਨੂੰ ਪੜ੍ਹਾਇਆ ਗਿਆ ਸੀ, ਜੋ ਉਹਨਾਂ ਨੇ ਕੀਤਾ ਦੇਸ਼ ਲਈ ਨੌਜਵਾਨੀ 'ਚ, ਜੋ ਕਰ ਗਏ ਨੇ, ਸਾਨੂੰ ਸੇਧ ਦੇ ਗਏ ਨੇ, ਅਤੇ ਉਹ ਤਾਂ ਅਸੀਂ ਤੁਰਦੇ ਨੇ। ਇੱਕ ਦੋ ਗੱਲਾਂ ਸਾਨੂੰ ਇਤਰਾਜ਼ ਵੀ ਹੈ ਵੀ ਸ਼ਹੀਦ ਭਗਤ ਸਿੰਘ ਦੀ ਹਮੇਸ਼ਾ ਹੀ ਰਿਵੋਲਵਰ ਵਾਲੀ ਫੋਟੋ ਜ਼ਿਆਦਾ ਉਹ ਕਰਦੇ ਨੇ, ਜਦਕਿ ਉਹਨਾਂ ਨੇ ਕਿਤਾਬਾਂ ਲਈ ਬਹੁਤ ਲੋਕਾਂ ਨੂੰ ਅਪੀਲ ਕੀਤੀ, ਆਪਣੇ ਭਰਾਵਾਂ ਨੂੰ, ਸਾਰਿਆਂ ਨੂੰ ਵੀ ਕਿਤਾਬਾਂ ਜਦ ਪੜ੍ਹਿਆ ਕਰੋ, ਕਿਤਾਬ ਬਹੁਤ ਪੜ੍ਹਦੇ ਸੀ ਉਹ, ਅਤੇ ਉਹਦੀ ਵੀ ਇਹ ਇੱਕ ਸਾਨੂੰ ਇਤਰਾਜ਼ ਵੀ ਰਹੂਗਾ ਉਹਦਾ। ਪਰ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਏਅਰਪੋਰਟ ਦਾ ਨਾਂ ਰੱਖਣ ਦਾ, ਜਿਹੜਾ ਚੰਡੀਗੜ੍ਹ ਨਵਾਂ ਇੱਕ ਏਅਰਪੋਰਟ ਬਣਿਆ ਉਹ 'ਤੇ ਰੱਖਣ ਲਈ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਵੀ ਸਾਨੂੰ ਉਹਨਾਂ ਨੇ ਇੱਕ ਇਹ ਜਿਹੜਾ ਸ਼ਹੀਦ ਭਗਤ ਸਿੰਘ ਦਾ ਨਾਂ ਰੱਖ ਕੇ ਸਾਡੀ ਨੌਜਵਾਨੀ ਨੂੰ ਇੱਕ ਚੰਗੀ ਜਿਹੜੀ ਉਹ ਦਿੱਤੀ ਅੱਗੇ। ਲੱਗਦਾ ਸੱਚਮੁੱਚ ਹੀ ਹੋਊਗਾ? ਦੇਖੋ, ਲੱਗਦਾ ਤਾਂ ਦੇਖੋ ਐਡੇ ਪੇਪਰਾਂ 'ਚ ਆ ਗਿਆ, ਅਖਬਾਰਾਂ 'ਚ ਕੱਢ ਦਿੱਤਾ, ਅਤੇ ਨਹੀਂ ਲੱਗਦਾ ਜੀ ਅਸੀਂ ਫਿਰ ਲੜਾਈ ਲੜ ਪਾਂਗੇ। ਮਨ ਉਮੀਦ ਹੈ, ਉਮੀਦ ਤਾਂ ਪੂਰੀ ਹੈ ਵੀ ਦੋ ਸਰਕਾਰਾਂ, ਦੋ ਕਹਿ ਸਕਦੇ ਦੋ ਸਟੇਟਾਂ ਦੀਆਂ ਸਰਕਾਰਾਂ ਨੇ ਇਹ ਪ੍ਰੋਗਰਾਮ ਲਿਖਿਆ ਜਿਹੜਾ ਨਾਂ ਰੱਖਣ ਦਾ, ਵੀ ਜੇ ਮੁੱਕਰਾਂਗੇ ਤਾਂ ਲੋਕ ਫਿਰ ਅੱਗੇ ਨਾਲ ਲੜਾਈ ਕਰਨ ਨੂੰ ਤਿਆਰ ਰਹੇ ਸੀ। ਮੇਰਾ ਸਵਾਲ ਉਸ ਪਰਮ ਨੂੰ ਹੈ ਜਿਹੜਾ ਕਾਂਗਰਸ 'ਚ ਵੀ ਯੂਥ ਦਾ ਪ੍ਰਧਾਨ ਰਿਹਾ, ਅਤੇ ਉਹਨੇ ਜਦੋਂ ਨਹੀਂ ਸੁਣੀ ਗਈ ਤਾਂ ਆਪਣੀ ਸੰਗਠਨ ਬਣਾ ਕੇ ਵੀ ਯੂਥ ਆਫ ਪੰਜਾਬ ਨੂੰ ਲੈ ਕੇ ਲੜਾਈ ਲੜੀ। ਆਖਿਰ ਕਿਉਂ ਇਹੋ ਜਿਹਾ ਕਰਨਾ ਪਿਆ ਕਿ ਕਾਂਗਰਸ ਜਿਹੜਾ ਮੁੱਦਾ ਮੰਨਦੀ ਸੀ ਬਾਦਲਾ ਮਿਲੀ, ਕਿ ਉਹ ਤਾਂ ਕਹਿੰਦੀ ਸੀ ਕਿ ਅਸੀਂ ਏਅਰਪੋਰਟ ਦਾ ਨਾਮ ਬਣਾ ਕੇ ਦਊਂ, ਇਹਦੇ 'ਚ ਕੀ ਲਾ ਦਿੰਦੇ? ਦੇਖੋ, ਸਰਕਾਰਾਂ ਨੇ, ਮੈਂ ਪਹਿਲੇ ਹੀ ਕਹਿ ਚੁੱਕਿਆ ਵੀ ਸਰਕਾਰ ਜਿਹੜੀਆਂ ਪਾਰਟੀਆਂ ਨੇ ਨਾ ਹਮੇਸ਼ਾ ਹੀ ਭਗਤ ਸਿੰਘ ਨੂੰ ਵੇਚਿਆ, ਸ਼ਹੀਦਾਂ ਨੂੰ, ਕਿਸੇ ਹਰੇਕ ਸ਼ਹੀਦ ਨੂੰ ਇਹ ਵੇਚਦੀਆਂ ਪਾਰਟੀਆਂ, ਜਿਹੜੀ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੇ, ਜਿਹੜੀ ਕਾਂਗਰਸ ਸਰਕਾਰ ਸੀ, ਕਾਂਗਰਸ ਪਾਰਟੀ ਸੀ, ਖਟਖੜ ਕਲਾਂ ਤੋਂ ਇੱਕ ਰੈਲੀ ਕੱਢੀ ਯੂਥ ਆਫ ਜਿਹੜਾ ਆਪਣਾ ਯੂਥ ਕਾਂਗਰਸ ਨੇ, ਅਤੇ ਉੱਥੋਂ ਇੱਕ ਰੈਲੀ ਕੱਢੀ ਖਟਖੜ ਕਲਾਂ ਤੋਂ ਏਅਰਪੋਰਟ ਤੱਕ,
ਤੇ ਇਹਦਾ ਸ਼ਹੀਦ ਭਗਤ ਸਿੰਘ ਦਾ ਨਾਂ ਰੱਖਣ ਦੇ ਪਿੱਛੇ ਸਰਕਾਰ ਨਹੀਂ ਸੀ, ਬਾਦਲ ਸਰਕਾਰ ਸੀ, ਤੇ ਉਹਨਾਂ ਦੇ ਨਾਂ ਤੇ ਇੱਕ ਵੱਡਾ ਸੰਘਰਸ਼ ਕਰਿਆ, ਪਰ ਜਦ ਸਰਕਾਰ ਹੁੰਦੀ ਭੁੱਲ ਗਏ, ਵਿਸਰ ਗਏ, ਪਰ ਅਸੀਂ ਸਾਂਭ ਕੇ ਰੱਖਿਆ। ਮੈਂ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਰਿਹਾ, ਆਪਣਾ 5 ਤੋਂ ਲੈ ਕੇ 12 ਤੱਕ ਮੈਂ ਜ਼ਿਲ੍ਹਾ ਪ੍ਰਧਾਨ ਰਿਹਾ, ਮੋਹਾਲੀ ਜ਼ਿਲ੍ਹਾ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਸੀ, ਨਵਾਂ ਪ੍ਰਧਾਨ ਮੈਂ ਹੀ ਸੀ, ਅਤੇ ਉਹ ਤੋਂ ਬਾਅਦ ਵੀ ਮੈਂ ਯੂਥ ਕਾਂਗਰਸ 'ਚ ਜੁੜਿਆ ਹੋਇਆ ਸੀ, ਅਤੇ ਉਹ ਜਿਹੜੀ ਰੈਲੀ ਕੱਢੀ ਸੀ ਉਹ 'ਚ ਸੰਘਰਸ਼ ਕਰਿਆ, ਉਹਦੇ ਵਿੱਚ ਨਾਲ ਸੀ, ਪਰ ਉਹਨਾਂ ਨੇ ਉਹਨੂੰ ਵਿਸਾਰ ਦਿੱਤਾ, ਸਰਕਾਰ ਆਉਣ 'ਤੇ ਵਿਸਾਰ ਦਿੱਤਾ, ਪਰ ਅਸੀਂ ਆਪਣਾ ਇੱਕ ਯੂਥ ਆਫ ਪੰਜਾਬ ਬਣਾ ਕੇ ਸੰਗਠਨ ਅੱਗੇ ਤੋਰਿਆ। ਪਰ ਸਵਾਲ ਹੈ ਕਿ ਕੀ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਉਹ ਤੋਂ ਬਾਅਦ ਚੰਨੀ ਵੀ ਰਹੇ, ਆਖਰ ਉਹਨਾਂ ਨੇ ਕਿਉਂ ਵਸੇਲਾ ਬਣ ਕੀਤਾ, ਕੀ ਰੀਜ਼ਨ ਮੰਨਦੇ? ਜੀ ਤੁਹਾਨੂੰ ਮੈਂ ਦੱਸਿਆ ਜੀ, ਪੋਲੀਟੀਕਲ ਇਹ ਬੰਦੇ ਹੁੰਦੇ ਨੇ, ਇਹ ਤਾਂ ਜਦੋਂ ਬਣ ਜਾਂਦੇ ਨੇ ਇਹਨੂੰ ਵਿਸਾਰ ਦਿੰਦੇ ਨੇ ਹਰੇਕ ਚੀਜ਼ ਨੂੰ, ਵੀ ਉਹਨਾਂ ਨੇ ਬਣ ਗਏ, ਬਣਦੇ ਨਾਲੇ ਕੌਣ ਕੌਣ ਤੂੰ ਕੌਣ ਮੈਂ ਕੌਣ ਸ਼ਹੀਦ ਭਗਤ ਸਿੰਘ ਕੌਣ ਕਰਤਾਰ ਸਿੰਘ ਸਰਾਭਾ ਕੌਣ ਊਧਮ ਸਿੰਘ ਕੌਣ ਹੋਰ, ਉਹ ਸਭ ਵਿਸਾਰ ਦਿੰਦੇ ਨੇ। ਮੈਂ ਤੁਹਾਨੂੰ ਗੱਲ ਦੱਸਦਾ, ਅਸੀਂ ਨਾ ਸ਼ੁਰੂ ਤੋਂ ਜਨਮ ਦਿਨ ਆਉਣਾ ਅਤੇ ਸ਼ਹੀਦੀ ਦਿਵਸ ਆਉਣਾ, ਆ ਹੋਰ ਵੀ ਦਿਨ ਆਉਣਾ, ਉਹਨਾਂ ਦੇ ਨਾਂ 'ਤੇ ਕਦੇ ਮਾਰਚ ਕੱਢਣਾ, ਕਦੇ DC ਸਾਹਿਬ ਨੂੰ ਮੰਗ ਪੱਤਰ, ਕਦੇ ਆਪਣਾ ਸਪੀਕਰ ਸਾਹਿਬ ਨੂੰ, ਕਦੇ ਕਿਸੇ ਮੰਤਰੀ ਨੂੰ, ਕਦੇ ਕਿਸੇ MP ਨੂੰ ਅਸੀਂ ਮੰਗ ਪੱਤਰ ਉਹਨਾਂ ਦੇ ਨਾਂ 'ਤੇ ਦਿੰਦੇ ਆਉਂਦੇ ਸੀ, ਅਤੇ ਹੋਰ ਵੀ ਉਹਨਾਂ ਦੇ ਨਾਂ 'ਤੇ ਲੰਗਰ ਵਗੈਰਾ ਤਾਂ ਅਸੀਂ 25 ਸਾਲ ਹੋ ਗਏ ਸਾਨੂੰ ਇੱਕ ਲੰਗਰ ਬਾਬੇ ਦੀ ਕਿਰਪਾ ਨਾਲ ਲਾਉਂਦਿਆਂ ਨੂੰ। ਅਸੀਂ ਮਨੀਸ਼ ਤਿਵਾੜੀ ਜੀ ਨੂੰ ਐਪਲੀਕੇਸ਼ਨ ਦਿੱਤੀ, ਸਾਡੇ ਵਿੱਚ ਲੋਕ ਸਭਾ ਮੈਂਬਰ ਨੇ ਉਹ, ਹੁਣ ਵੀ ਨੇ, ਵੀ ਇਹ ਮੁੱਦਿਆਂ 'ਤੇ ਸ਼ਹੀਦ ਭਗਤ ਸਿੰਘ ਨਾਂ 'ਤੇ ਇੱਕ ਤੁਸੀਂ ਸਾਡੇ ਬੇਨਤੀ ਕਰਕੇ ਵੀ ਇੱਕ ਲੋਕ ਸਭਾ ਦੇ ਵਿੱਚ ਇਹ ਸਵਾਲ ਚੁੱਕਿਆ ਜਾਵੇ। ਉਹਨਾਂ ਨੇ ਬਹੁਤ ਘੋਖ ਕਰਕੇ, ਬਹੁਤ ਇੰਟੈਲੀਜੈਂਟ ਆਦਮੀ ਨੇ, ਅਤੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਸਵਾਲ ਕੀਤਾ, ਅਤੇ ਉਹਨਾਂ ਨੇ ਸਵਾਲ ਕੀਤਾ ਉਹਦਾ ਸਾਡੇ ਕੋਲ ਵੀ ਉਤਾਰਾ ਆਇਆ, ਅਤੇ ਜਿਹੜੇ ਹਰਦੀਪ ਪੁਰੀ ਜੀ ਨੇ ਉਹਨਾਂ ਨੇ ਇੱਕ ਚਿੱਠੀ ਉਹਨਾਂ ਨੂੰ ਕੀਤੀ ਵੀ ਤੁਸੀਂ ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ, ਪੰਜਾਬ ਸਰਕਾਰ ਤੋਂ ਤੁਸੀਂ ਇਹ CM ਸਾਹਿਬ ਤੋਂ ਲਿਖਾ ਕੇ ਦੇ ਦਿਓ ਵੀ ਅਸੀਂ ਰੱਖ ਦਾਂਗੇ। ਪੰਜਾਬ ਸਰਕਾਰ ਜਿਹੜਾ CM ਸੀ ਕੈਪਟਨ ਅਮਰਿੰਦਰ ਸਿੰਘ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਸੀ, ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਸਮਾਂ ਨਹੀਂ ਦਿੱਤਾ, 1.5 ਸਾਲ ਮਿਲਣ ਦਾ। ਸ਼ਹੀਦ ਭਗਤ ਸਿੰਘ ਦਾ ਨਾਂ, ਉਹ ਸਾਨੂੰ ਸਮਾਂ ਨਹੀਂ ਦਿੱਤਾ, ਉਹਨਾਂ ਨੇ ਕਿਸੇ ਨੂੰ ਸਮਾਂ ਨਹੀਂ ਦਿੱਤਾ। ਅਸੀਂ ਇੱਕ ਕਿਸੇ ਪਾਰਟੀ ਵੱਲੋਂ ਨਹੀਂ ਸੀ, ਅਸੀਂ ਮੈਂ ਯੂਥ ਕਾਂਗਰਸ ਰਿਹਾ ਸੀ, ਮੈਂ ਅਸੀਂ ਪਾਰਟੀ ਛੱਡ ਚੁੱਕੇ ਸੀ ਸਾਰਾ ਕੁਛ। ਅਸੀਂ ਹੁਣ ਵੀ ਜਿਹੜੇ ਸਾਡੇ ਨਾਲ ਸਾਡੇ ਨੌਜਵਾਨ ਭਰਾ ਭੈਣਾਂ ਨੇ, ਉਹ ਕਿਸੇ ਪਾਰਟੀ ਨਾਲ ਨਹੀਂ ਹੈ, ਵੀ ਵੱਖ ਵੱਖ ਚਲੋ ਹੁੰਦੇ ਹੁਣੇ, ਪਰ ਜਦੋਂ ਅਸੀਂ ਯੂਥ ਆਫ ਪੰਜਾਬ ਇੱਕ ਹੁੰਦੀ ਹੈ, ਅਸੀਂ 2-3 ਜ਼ਿਲ੍ਹਿਆਂ ਦੀ ਯੂਥ ਆਫ ਪੰਜਾਬ ਹੈ, 500 ਮੈਂਬਰ ਹੈ ਸਾਡਾ, ਉਹ ਹਰੇਕ ਕਿਸੇ ਪਾਰਟੀ ਨਾਲ ਨਹੀਂ, ਪਾਰਟੀਵਾਜ਼ ਤੋਂ ਉੱਪਰ ਉੱਠ ਕੇ ਇੱਕ ਯੂਥ ਆਫ ਪੰਜਾਬ ਦੀ ਸ਼ਹੀਦ ਭਗਤ ਸਿੰਘ ਦੇ ਏਅਰਪੋਰਟ ਦੇ ਨਾਂ 'ਤੇ ਇਕੱਠੇ ਹੁੰਦੇ ਨੇ। ਪਰ ਸਾਨੂੰ ਉਹਨਾਂ ਨੇ ਟਾਈਮ ਨਹੀਂ ਦਿੱਤਾ, ਹੋਰ ਕੀ ਕਰਨਗੇ, ਨਾਂ ਤਾਂ ਕੀ ਰੱਖਣਗੇ, ਸਾਨੂੰ ਮਿਲਣਾ ਟਾਈਮ ਨਹੀਂ ਦਿੱਤਾ ਉਹਨਾਂ ਨੇ। ਇੱਕ ਸਵਾਲ ਹੈ, ਕੁਛ ਦਿਨ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਤੁਸੀਂ ਲੜਾਈ ਲੜ ਰਹੇ ਹੋ, ਹਾਂਜੀ, ਤਾਂ ਸਿਮਰਜੀਤ ਮਾਨ ਲੋਕ ਸਭਾ ਸੰਗਰੂਰ ਦਾ ਬਿਆਨ ਆਉਂਦਾ, ਹਾਂਜੀ, ਕੋਸ਼ਿਸ਼ ਉਹਨਾਂ ਦੀ ਸੀ ਕਿ ਉਹਨਾਂ ਨੂੰ, ਮਤਲਬ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ, ਉਹਦੇ ਨਾਲ ਨਾਲ ਉਹਨਾਂ ਨੇ ਅੰਗਰੇਜ਼ਾਂ ਦੀ ਪਿੱਠ ਥੱਪ ਪਾਈ, ਕੁਛ ਬੰਦਿਆਂ ਨੇ ਅੰਗਰੇਜ਼ਾਂ ਦੀ ਪਿੱਠ ਵੀ ਥੱਪ ਪਾਈ, ਉਦੋਂ ਚਰਚਾ ਚੱਲੀ, ਤੁਸੀਂ ਇਸ ਚੀਜ਼ ਨੂੰ ਕਿਵੇਂ? ਦੇਖੋ ਜੀ, ਅਸੀਂ ਤਾਂ ਸ਼ਹੀਦ ਭਗਤ ਸਿੰਘ ਨੂੰ ਆਪਣਾ ਦਰਸ਼ ਮੰਨਦੇ, ਕਿਸੇ ਦਾ ਨਾਂ ਮੰਨਣਾ ਨਾ ਮੰਨਣਾ ਸਾਡੇ 'ਤੇ ਨਹੀਂ ਹੈ ਕੁਛ, ਕੋਈ ਮੰਨੀ ਜਾਵੇ, ਕੋਈ ਕੁਛ ਕਹੀ ਜਾਵੇ, ਕੋਈ ਕੁਛ ਕਹੀ ਜਾਵੇ, ਸਾਨੂੰ ਕੋਈ ਚੱਕਰ ਨਹੀਂ ਉਹਦਾ ਹੈ, ਉਹ ਉਹਨਾਂ ਦੀ ਸੋਚ ਹੈ, ਮਾਨ ਸਾਹਿਬ ਦੀ ਆਪਣੀ ਸੋਚ ਹੈ। ਮੈਂ ਉਹਨਾਂ ਨੂੰ ਬਹੁਤ ਪੜ੍ਹਿਆ ਲਿਖਿਆ ਸਮਝਦਾ, ਇੰਟੈਲੀਜੈਂਟ ਆਦਮੀ ਨੇ, ਚੰਗੇ ਸੂਝਵਾਨ ਨੇ ਅਤੇ ਸਿਆਣੇ ਨੇ, ਪਰ ਉਹਨਾਂ ਦੀ ਆਪਣੀ ਸੋਚ ਹੈ, ਸਾਡੀ ਸੋਚ ਹੈ ਜਿਹੜੀ ਸ਼ਹੀਦ ਭਗਤ ਸਿੰਘ ਨੂੰ ਅਸੀਂ ਆਦਰਸ਼ ਮੰਨਦੇ ਨੇ ਆਪਣਾ। ਹਾਂ, ਅਸੀਂ ਹੋਰਾਂ ਨੂੰ ਵੀ, ਅਸੀਂ ਇਹ ਨਹੀਂ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਅਸੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਉਹਨਾਂ ਦੀ ਰਹਿਨੁਮਾਈ 'ਚ ਰਹਿੰਦੇ ਹੁਣ ਵੀ, ਉਹਨਾਂ ਦੀ ਕਿਰਪਾ ਸਦਕਾ, ਉਹਨਾਂ ਦੀ ਸਦਕਾ ਰਹਿੰਦੇ, ਪਰ ਸਾਡੇ ਕੋਲ ਜਿਹੜਾ ਆਦਰਸ਼ ਹੈ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਜਿਹੜੇ ਸਾਡੇ ਸ਼ਹੀਦ ਨੇ, ਜਿਨ੍ਹਾਂ ਨੇ ਪੰਜਾਬ ਲਈ, ਭਾਰਤ ਲਈ, ਆ ਪੰਜਾਬੀਆਂ ਲਈ ਕੁਛ ਕੀਤਾ, ਅਸੀਂ ਸਾਰਿਆਂ ਨੂੰ ਉਹਨਾਂ ਨੂੰ ਦਰਸ਼ ਮੰਨਦੇ ਆਪਣਾ। ਅਤੇ ਯੂਥ ਆਫ ਪੰਜਾਬ ਲਈ ਮੇਰਾ ਇੱਕ ਸਵਾਲ ਹੈ, ਹਾਂਜੀ, ਭਗਤ ਸਿੰਘ ਦੇ ਨਾਂ 'ਤੇ ਏਅਰਪੋਰਟ ਬਣ ਜਾਂਦਾ, ਹਾਂਜੀ, ਕੀ ਲੜਾਈ ਖਤਮ ਹੋ ਜਾਏਗੀ, ਕੀ ਉਹ ਲੜਾਈ ਚੱਲਦੀ ਰਹੇ? ਨਹੀਂ, ਜੇ ਜੇ ਏਅਰਪੋਰਟ ਬਣਾ ਦੇ, ਬਣ ਗਿਆ, ਹਾਂਜੀ, ਉਸ ਤੋਂ ਬਾਅਦ, ਹਾਂਜੀ, ਕੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਹੈ, ਹਾਂਜੀ, ਉਹ ਬੁੱਤ ਪੂਜਕ ਦੀ ਤਰ੍ਹਾਂ ਰਹਿ ਜਾਏਗੀ ਜਾਂ ਕੋਈ ਮੂਵਮੈਂਟ ਵੀ? ਨਹੀਂ, ਜੇ ਜੇ ਬਣ ਗਿਆ ਅਸੀਂ ਧੰਨਵਾਦ ਕਰਾਂਗੇ, ਪਰ ਜਿਹੜੀ ਉਹਦੀ ਵਿਚਾਰਧਾਰਾ ਨਾਲ ਅਸੀਂ ਲੋਕਾਂ ਨੂੰ ਹੋਰ ਜੋੜਾਂਗੇ, ਉਹਦੇ ਨਾਲ ਅਸੀਂ ਲੋਕਾਂ ਨੂੰ ਹੋਰ ਜੋੜਾਂਗੇ, ਜਿਹੜਾ ਸਾਡਾ ਕੰਮ ਹੈ ਜੀ, ਵੀ ਉਹਨਾਂ ਦੀ ਵਿਚਾਰਧਾਰਾ ਨਾਲ। ਦੇਖੋ, ਜਾਤ ਪਾਤ ਤੋਂ ਉੱਪਰ ਸੀ ਉਹ ਲੋਕ, ਧਰਮ ਤੋਂ ਉੱਪਰ ਸੀ ਉਹ ਲੋਕ, ਇਨਸਾਨੀਅਤ ਉਹਨਾਂ ਕੋਲ ਪਹਿਲਾਂ ਸੀ, ਅੱਜ ਲੋੜ ਹੈ ਇਹ ਚੀਜ਼ਾਂ ਦੀ ਇੱਥੇ। ਅੱਜ ਸਾਡਾ ਦੇਸ਼ ਧਰਮ 'ਚ ਫਸ ਗਿਆ, ਜਾਤ ਪਾਤ 'ਚ ਫਸ ਗਿਆ, ਪਾਰਟੀਆਂ 'ਚ ਫਸ ਗਿਆ, ਜਦਕਿ ਸਾਨੂੰ ਇਨਸਾਨੀਅਤ ਪਹਿਲਾਂ ਦਿੱਤੀ ਆ ਰੱਬ ਨੇ, ਇਹ ਚੀਜ਼ਾਂ ਦੀ ਉੱਠਣ ਦੀ ਲੋੜ ਹੈ, ਤਾਂ ਅੱਜ ਅਸੀਂ ਲੜਾਈ ਹੋ ਰਹੀ ਹੈ, ਜਿਹੜੇ ਪੋਲੀਟੀਕਲ ਪਾਰਟੀਆਂ ਸਾਡੀਆਂ ਅੱਜ ਸਾਨੂੰ ਲੜਾ ਰਹੀਆਂ, ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਪੋਲੀਟੀਕਲ ਪਾਰਟੀਆਂ ਦੇ ਨਾਂ 'ਤੇ, ਪਰ ਅੱਜ ਲੋੜ ਹੈ ਇਹਨਾਂ ਤੋਂ ਉੱਪਰ ਉੱਠਣ ਦੀ।
क्योंकि असी असी कोई ये तो है नहीं भी आप कह सकते भी कोई जमदा बच्चा जमदे बच्चे किसी मुसलमान ले जा पंडित ले जा और कुछ भी बन सकता इंसान तो है पर हाँ जा पर यह चीज़ों की लड़ है सानू उपर उठन की। मैं तो यही अपील भी करूँगा थोड़े चैनल राही भी भरावो इन पार्टियां तो उपर उठो धर्म तो जात पात तो उपर उठ के इंसान ये देखो अपना 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 ही होंगे। बिल्कुल हाँ जी धन्यवाद गलबात करनी परम जी टाइम देने लिए गजीत जी थोड़ा भी बहुत बहुत धन्यवाद। दोस्तों गल एयरपोर्ट के नाम नाल नहीं मुक जाती एयरपोर्ट का नाम रखना वैसे तो पहले ही चाहता सी क्योंकि यूथ ऑफ पंजाब वख वख पार्टियां ने भी सपोर्ट की पूरी मूवमेंट पर देर सही दुरुस्त आए ये कहा जा सकता परंतु ये एयरपोर्ट का नाम चेंज ना ये समस्या पूरी नहीं हो जाती क्योंकि शहीद आजम भगत सिंह की जिहड़ी विचारधारा सी उहदे विच स्पष्ट तौर पर कहा गया सी ये लड़ाई उदों तक जारी रहेगी जदों मनुख द्वारा मनुख का शोषण मुक्त नहीं होगा। इस नूं लैके जिहड़े यूथ ऑफ पंजाब है ये संकल्प लिया देखते हैं कि आने वाला समा किवें इन्हों का साथ दिंदा है ये बहुत वड्डा सवाल है। इस सवाल का मैनू दिओ इजाजत तुसी देखदे रहो चैनल शान पंजाबी। धन्यवाद सत श्री अकाल।